ਸੈਕਟਰ 39 ਚੰਡੀਗੜ੍ਹ ਰੋਡ ਵਰਧਮਾਨ ਮਿਲ ਦੇ ਸਾਹਮਣੇ ਦੁਸਹਿਰਾ ਗਰਾਊਂਡ 'ਚ ਦੁਸਹਿਰਾ ਮੇਲਾ ਅਤੇ ਰੋਇਲ ਸਰਕਸ 3 ਅਕਤੂਬਰ ਤੋਂ ਹੋਵੇਗੀ ਸ਼ੁਰੂ। ਇਸ ਮੇਲੇ ਅਤੇ ਸਰਕਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਵਰਿੰਦਰ ਕਪੂਰ ਅਤੇ ਰੌਸ਼ਨ ਲਾਲ ਨੇ ਦੱਸਿਆ ਕਿ ਇਸ ਬਾਰੇ ਦੁਸਹਿਰਾ ਮੇਲਾ ਅਤੇ ਸਰਕਸ ਦੀਵਾਲੀ ਤੱਕ ਲੱਗੀ ਰਹੇਗੀ। ਉਹਨਾਂ ਇਹ ਵੀ ਦੱਸਿਆ ਕਿ ਇਸ ਮੇਲੇ ਅਤੇ ਸਰਕਸ ਦਾ ਉਦਘਾਟਨ MP ਰਵਨੀਤ ਸਿੰਘ ਬਿੱਟੂ ਅਤੇ ਵਿਧਾਇਕ ਸੰਜੇ ਤਲਵਾੜ ਕਰਨਗੇ। ਭਾਜੀ ਇਹਦੇ ਵਿੱਚ ਇਸ ਵਾਰੀ ਕਈ ਨਵੇਂ ਕਲਾਕਾਰ ਰਹਿਣਗੇ, ਜਿੱਦਾਂ ਅਫਰੀਕਨ ਕਲਾਕਾਰ, ਆਸਟ੍ਰੇਲੀਅਨ ਕਲਾਕਾਰ, ਰਸ਼ੀਅਨ ਕਲਾਕਾਰ, ਮੰਗੋਲੀਅਨ ਕਲਾਕਾਰ, ਜੋ ਅੱਜ ਤੱਕ ਕਦੇ ਲੁਧਿਆਣੇ ਦੇ ਵਿੱਚ ਆਏ ਨਹੀਂ। ਹੋਰ ਵੀ ਸਰਕ ਵਿੱਚ ਦੇਖਣ ਵਾਲੇ ਕਈ ਸਟੰਟਸ ਹੋਣਗੇ, ਜਿੱਦਾਂ ਹੁਣ ਮੇਨਕਾ ਗਾਂਧੀ ਜਾਂ ਅੱਗੇ ਹੋਰ ਕਈ ਮਿਨਿਸਟਰਸ ਵਗੈਰਾ ਨੇ ਜਾਂ ਗਵਰਨਮੈਂਟ ਵੱਲੋਂ ਐਨੀਮਲਸ ਵਗੈਰਾ ਸਰਕਸ ਵਗੈਰਾ 'ਚ ਖਤਮ ਕਰ ਦਿੱਤੇ ਗਏ ਨੇ। ਹੁਣ ਜਿਹੜੇ ਬਾਹਰਲੇ ਕਲਾਕਾਰ ਨੇ ਉਹਨਾਂ ਨੂੰ ਸਪੈਸ਼ਲੀ ਲਿਆ ਕੇ ਲੁਧਿਆਣਾ ਦੇ ਲਈ ਕਰਤੱਵ ਵਗੈਰਾ ਹਰ ਇੱਕ ਚੀਜ਼ ਆਪਣਾ ਕਰਦੇ ਨੇ, ਅਤੇ ਅਸੀਂ ਲੁਧਿਆਣਾ ਵਾਸੀਆਂ ਨੂੰ ਇਹੀ ਕਹਿਣਾ ਚਾਹਾਂਗੇ, ਅਸੀਂ ਤੁਹਾਡੇ ਲਈ ਹਰ ਸਾਲ ਇੱਕ ਨਈ ਸਰਕਸ ਜਾਂ ਇੱਕ ਨਏ ਕਲਾਕਾਰਾਂ ਦੇ ਨਾਲ ਇੱਕ ਨਵਾਂ ਸ਼ੋਅ ਲੈ ਕੇ ਆਉਂਦੇ ਹਾਂ ਤੁਹਾਡੇ ਮਨੋਰੰਜਨ ਵਧਾਉਣ ਲਈ। ਜੇ ਅਸੀਂ ਮੈਂ ਵੱਧ ਤੋਂ ਵੱਧ ਕਹੂੰਗਾ ਕਿ ਇਹਦਾ ਮਨੋਰੰਜਨ ਵਧਾਇਆ ਜਾਵੇ ਕਿ ਅਗਲੇ ਸਾਲ ਇਸ ਤੋਂ ਵੀ ਅੱਛਾ ਸੀ ਕੋਈ ਵੀ ਕਰ ਸਕੀਏ, ਜਾਂ ਕੋਈ ਵੀ ਇਵੈਂਟ ਹੈ ਜਾਂ ਕੋਈ ਵੀ ਪ੍ਰੋਜੈਕਟ ਹੈ ਅਸੀਂ ਉਸਨੂੰ ਤਾਂ ਹੀ ਵਧਾ ਸਕਦੇ ਹਾਂ ਜੇ ਅਸੀਂ ਉਨੇ ਮੈਂਬਰ ਆਫ ਮੈਂਬਰਸ ਉਹਨਾਂ ਨਾਲ ਜੁੜਾਂਗੇ ਅਤੇ ਉਨੇ ਮੈਂਬਰ ਆਫ ਮੈਂਬਰ ਦੀ ਅਗਲੀ ਕਲੈਕਸ਼ਨ ਵਧੂਗੀ। ਮੈਂ ਲੋਕਾਂ ਨੂੰ ਅਤੇ ਆਪਣੇ ਪੂਰੇ ਲੁਧਿਆਣਾ ਵਾਸੀਆਂ ਨੂੰ ਸ਼ਹਿਰ ਨੂੰ ਦੱਸਣਾ ਚਾਹੂੰਗਾ ਇਸ ਵਿੱਚ ਝੂਲੇ, ਨਵੇਂ ਝੂਲੇ ਲਿਆਏ ਗਏ ਨੇ, ਜਿੱਦਾਂ ਕਿ ਬੰਬੇ ਦੇ ਜਿਹੜੇ ਡਿਜ਼ਨੀ ਵਰਲਡ ਦੇ ਝੂਲੇ ਲੱਗੇ ਹੋਏ ਨੇ, ਅੱਜ ਕੱਲ੍ਹ ਲੁਧਿਆਣੇ ਦੇ ਵਿੱਚ ਫ੍ਰਿਜ਼ਵੀ ਝੂਲਾ, ਰੇਂਜਰ ਝੂਲਾ ਜਿਹੜਾ ਅੱਜ ਤੱਕ ਕਦੇ ਲੁਧਿਆਣੇ ਸ਼ਹਿਰ ਵਿੱਚ ਆਇਆ ਨਹੀਂ ਉਹ ਝੂਲਾ ਲਿਆਇਆ ਗਿਆ। ਇੱਥੇ ਕਈ ਲਾਈਟਿੰਗ ਦੇ ਪ੍ਰਦਰਸ਼ਨ ਕੀਤੇ ਗਏ ਨੇ, ਖਾਣ ਪੀਣ ਦੇ ਕਈ ਵਧੀਆ ਸਟਾਲਸ ਲਿਆਏ ਗਏ ਨੇ, ਗੁਜਰਾਤ ਦੀ ਭੇਲਪੂੜੀ ਦਾ ਫੇਮਸ ਸਟਾਲ ਅਤੇ ਰਾਜਸਥਾਨ ਦੇ ਕਈ ਪੌਨਸ ਵਗੈਰਾ ਸਟਾਲਸ ਵਗੈਰਾ ਆਏ ਨੇ। ਯੂਪੀ ਦਾ ਪਾਨ ਵਾਲਾ ਸਟਾਲ ਦੇਖਣ ਵਾਲਾ ਹੈ, ਜਿਸ ਨੇ ਪੂਰਾ ਡੈਕੋਰੇਸ਼ਨ ਦੇ ਘਰ ਆਪਣੇ ਲਗਾਇਆ ਹੋਇਆ। ਜਿਹੜੇ ਕਈ ਹੋਰ ਵੀ ਝੂਲੇ ਨੇ, ਜਿੱਦਾਂ 100 ਫੁੱਟ ਦੀ ਉਚਾਈ 'ਤੇ 32 ਸੀਟਰ ਝੂਲਾ ਜਿਹੜਾ ਆਪਣੇ ਲੁਧਿਆਣੇ 'ਚ ਅੱਜ ਤੱਕ ਕਦੇ ਲੱਗਾ ਨਹੀਂ, ਇੱਕੋ ਹੀ ਗਰਾਊਂਡ ਆਪਣੇ ਵਰਧਮਾਨ ਗਰਾਊਂਡ ਦੇ ਵਿੱਚ ਲੱਗਦਾ ਹੈ। ਅਤੇ ਹੋਰ ਵੀ ਬ੍ਰੇਕ ਡਾਂਸ ਝੂਲਾ, ਸਲੰਬੋ ਝੂਲਾ, ਰੇਂਜਰ ਝੂਲਾ, ਫ੍ਰਿਜ਼ਵੀ ਝੂਲਾ, ਕ੍ਰੋਸ ਝੂਲਾ, ਆਟੋਮੈਟਿਕਸ ਝੂਲੇ ਜਿਹੜੇ ਨਵੇਂ ਆਏ ਨੇ ਅੱਜ ਕੱਲ੍ਹ, ਜਿਹੜੇ ਆਪਣੇ ਡਰੋਮਿਕ ਫਿਟਿੰਗ ਹੁੰਦੇ ਨੇ, ਉਹ ਸਾਰੇ ਸਟਾਰਟ ਕੀਤੇ ਗਏ ਨੇ। ਲੁਧਿਆਣਾ ਵਾਸੀਆਂ ਨੂੰ ਮਨੋਰੰਜਨ ਦੀ ਇੱਕ ਗੱਲ ਦੱਸੀ ਜਾਊਗੀ, ਜਿਹੜਾ ਪਿਛਲੇ ਸਾਲ ਦੁਸਹਿਰਾ ਮੇਲਾ ਦੁਸਹਿਰੇ ਤੱਕ ਚਲਾਇਆ ਗਿਆ ਸੀ, ਇਹ ਮੇਲਾ ਦੀਵਾਲੀ ਤੱਕ ਕਰ ਦਿੱਤਾ ਗਿਆ ਲੋਕਾਂ ਦੇ ਮਨੋਰੰਜਨ ਨੂੰ ਦੇਖਦੇ ਹੋਏ। ਇਹ ਕੱਲ੍ਹ ਇਸ ਦੀ ਓਪਨਿੰਗ ਹੈ ਰਵਨੀਤ ਸਿੰਘ ਬਿੱਟੂ ਦੇ MLA ਸਾਹਿਬ ਵੱਲੋਂ ਕੀਤੀ ਜਾਊਗੀ, ਅਤੇ 11 ਨਵੰਬਰ ਤੱਕ ਚਲਾਇਆ ਜਾਊਗਾ, ਜੋ ਛੱਠ ਪੂਜਾ ਦਾ ਤਿਉਹਾਰ ਹੁੰਦਾ ਉਸ ਦੇ ਵਿੱਚ ਲੈ ਕੇ। ਅੱਜ ਵੀ 2 ਅਕਤੂਬਰ ਵਾਲੇ ਦਿਨ ਪ੍ਰੈਸ ਕਾਨਫਰੰਸ ਕੀਤੀ ਗਈ ਹੈ, ਜਿਸ ਵਿੱਚ ਸਾਰੇ ਪ੍ਰੈਸ ਵਾਸੀਆਂ ਨੂੰ ਮੈਂ ਆਪਣਾ ਧੰਨਵਾਦ ਦੇਣਾ ਚਾਹੁੰਦਾ ਹਾਂ, ਅਤੇ ਕਹਿਣਾ ਲੋਕਾਂ ਲੁਧਿਆਣਾ ਵਾਸੀਆਂ ਨੂੰ ਕਹਿਣਾ ਚਾਹੁੰਦਾ ਵੱਧ ਤੋਂ ਵੱਧ ਇਕੱਠੇ ਦੇ ਵਿੱਚ ਆ ਕੇ ਆਪਣਾ ਸਰਕਸ ਅਤੇ ਝੂਲਿਆਂ ਦਾ ਆਨੰਦ ਮਾਣੋ। ਧੰਨਵਾਦ ਦੁਸਹਿਰਾ ਕਮੇਟੀ ਦਾ ਪ੍ਰਧਾਨ। ਅੱਜ ਭੋਲਾ ਐਂਡ ਸ਼ੈਂਕਰ ਜਿਹੜੀ ਸਰਕਸ ਹੈ ਉਹਦਾ ਕੱਲ੍ਹ ਨੂੰ ਸ਼ੁਭ ਆਰੰਭ ਹੋ ਰਿਹਾ, ਔਰ ਉਹਦਾ ਉਦਘਾਟਨ ਸਾਡੇ MP ਰਣਬੀਰ ਬਿੱਟੂ ਜੀ ਔਰ ਸੰਜੇ ਤਲਵਾਰ ਔਰ ਸ਼ਹਿਰ ਦੇ ਜਿੰਨੇ ਵੀ ਕੌਂਸਲਰ ਹੈ ਉਹ ਕਰਨਗੇ। ਔਰ ਇਹ ਜਿਹੜੀ ਸਰਕਸ ਪਿਛਲੇ ਸਾਲ ਵੀ ਲੱਗੀ ਸੀ ਬਾਕੀ ਸਰਕਸਾਂ ਨਾਲੋਂ ਬਹੁਤ ਘੱਟ ਰੇਟ ਹੈ, ਔਰ ਜੋ ਲੋਕ ਇੱਥੇ ਦੇ ਗਰੀਬ ਆਦਮੀ ਹੈ ਉਹ ਵੀ ਇਹਦਾ ਆਨੰਦ ਮਾਣ ਰਹੇ। ਮੈਂ ਭੋਲਾ ਐਂਡ ਸ਼ੈਂਕਰ ਪਾਰਟੀ ਦਾ ਔਰ ਖਾਸ ਤੌਰ 'ਤੇ ਬਲਿੰਦਰ ਕਪੂਰ ਦਾ ਬਹੁਤ ਹੀ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ, ਕਿਉਂਕਿ ਵੱਧ ਤੋਂ ਵੱਧ ਜਿਹੜੀ ਲੋਕਾਂ ਦਾ ਮਨੋਰੰਜਨ ਹੈ ਇਹ ਜਿਹੜਾ ਸਲਾਮ ਏਰੀਆ ਔਰ ਉਹ ਵੀ ਇੱਥੇ ਬਹੁਤ ਆਨੰਦ ਮਾਣਦਾ। ਧੰਨਵਾਦ। ਲੁਧਿਆਣਾ ਤੋਂ ਗੁਰਮੀਤ ਨਿੱਜਰ ਦੀ ਰਿਪੋਰਟ, ਕੈਮਰਾਮੈਨ ਸਰਬਜੀਤ ਪਨੇਸਰ ਦੇ ਨਾਲ, ਫੋਕਸ .ਪੰਜਾਬੀ, ਯੂਅਰ ਸਿਟੀ, ਯੂਅਰ ਨਿਊਜ਼।